Assalamu alaikum ji, main toda apna host Baba ji, Save Historical Places of Pakistan, Save Gurdwaras and Temples of Pakistan. Khalsa Raj Footsteps in Pakistan, Punjabi Culture and Heritage. Punjabi Culture and Heritage aur Khalsa Raj Footsteps nu leke main ethe aaj research karan waste aaya si pind Budhoke. Budhoke pind de vich main Sardar Preet Inder ji, Sardar Preet Inder Singh Sidhu ji jede ne unna de forefathers, grandfathers jede ne Sardar Buta Singh ji aur aggo unna de bete jede ne Sardar Jageer Singh ji aur inna de wale sahab jede san unna diyan yaadan taaziyan karan waste main itthe pahunchya haan is vele pind Budhoke. Kya baat hai ji, main khalsa raj footstep bahut bahut labbe ne, bahut bahut zyada sare main lokan diyan researchan karke aaya haan, lekin eh research meri bilkul different ji hoyegi. ਔਰ ਇੱਥੇ ਦਾ ਜਿਹੜਾ ਕਲਚਰ ਹੈ ਔਰ ਜਿਹੜੇ ਲੋਕ ਨੇ ਇੱਥੇ ਆ ਕੇ ਵਸੇ ਨੇ, ਹਾਲਾਂਕਿ ਉਹਨਾਂ ਨੂੰ ਜਾਣ ਵਾਲਿਆਂ ਨਾਲ ਕੋਈ ਗਰਜ਼ ਨਹੀਂ ਹੈ, ਲੇਕਿਨ ਉਹਦੇ ਬਾਵਜੂਦ ਉਹਨਾਂ ਦੀਆਂ ਤਾਰੀਫਾਂ ਮੈਂ ਉਹਨਾਂ ਦੇ ਮੂੰਹੋਂ ਸੁਣੀਆਂ ਤਾਂ ਮੈਂ ਹੈਰਾਨ ਰਹਿ ਗਿਆ ਵਾਂ ਕਿ ਬਜ਼ੁਰਗ ਦੱਸਦੇ ਨੇ ਕਿ ਇੱਥੇ ਉਹਨਾਂ ਦਾ ਕੀ ਸੀ ਔਰ ਕਿਸ ਤਰੀਕੇ ਨਾਲ ਸੀ, ਲੋਕ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਾਂਦੇ ਸਨ ਔਰ ਉਹਨਾਂ ਉਹ ਜਦੋਂ ਵਾਪਸ ਆਏ ਤਾਂ ਉਹਨਾਂ ਦੇ ਕੀ ਰਿਮਾਰਕਸ ਸੀ ਔਰ ਜਦੋਂ ਪੂਰਾ ਪਿੰਡ ਇਕੱਠਾ ਹੋਇਆ ਉਹਨਾਂ ਦੇ ਗਿਰਦ ਔਰ ਉਹਨਾਂ ਨੂੰ ਜਦੋਂ ਦੱਸਿਆ ਕਿ ਸਰਦਾਰ ਜੀ ਤੁਸੀਂ ਚੱਲ ਗਏ ਅਤੇ ਇਹ ਦੇਖੋ ਤੁਹਾਡੀਆਂ ਕਚਹਿਰੀਆਂ ਦਾ, ਤੁਹਾਡੇ ਘਰਾਂ ਦਾ, ਤੁਹਾਡੇ ਮਹੱਲਾਂ ਦਾ ਕੀ ਹਾਲ ਹੋ ਗਿਆ, ਸਰਦਾਰ ਹੁਣਾਂ ਨੇ ਕੀ ਕਹਿਣਾ ਸੀ? ਜਿਹੜਾ ਬੰਦਾ ਆਪਣਾ ਘਰ ਬਾਰ ਛੱਡ ਕੇ ਜਾਂ ਜਿਹੜਾ ਬੰਦਾ ਉਜੜ ਕੇ ਚਲਾ ਜਾਂਦਾ ਉਹ ਤਾਂ ਲਾਜਵਾਬ ਹੋ ਜਾਂਦਾ, ਉਹਦੇ ਕੋਲੋਂ ਉਹਦੇ ਸਿਰ ਦੀ ਛੱਤ ਅਤੇ ਪੈਰਾਂ ਦੀ ਜ਼ਮੀਨ ਜਿਹੜੀ ਹੈ ਉਹ ਖੋਹ ਲਿੱਤੀ ਜਾਂਦੀ ਹੈ। ਖਵਾਹ ਉੱਧਰੋਂ ਮਹਾਜਰ ਹੋ ਕੇ ਜਿਹੜੇ ਲੋਕ ਆਏ ਨੇ ਉਹ ਹੋਣ ਔਰ ਖਵਾਹ ਜਿਹੜੇ ਇੱਥੋਂ ਗਏ ਨੇ ਉੱਥੇ ਉਹ ਹੋਣ, ਖੋਇਆ ਦੋਵਾਂ ਪਾਸੋਂ ਲੋਕਾਂ ਨੇ। ਪੇਨ ਜਿਹੜੀ ਹੈ, ਜਿਹੜਾ ਤਕਲੀਫ ਹੈ ਜਾਂ ਜਿਹੜਾ ਦਰਦ ਹੈ, ਇਹ ਦੋਵਾਂ ਦੇ ਅੰਦਰ ਹੀ ਜਾਰੀ ਹੈ, ਈਸਟ ਪੰਜਾਬੀ ਹੋਣ ਅਤੇ ਭਾਵੇਂ ਵੈਸਟ ਪੰਜਾਬੀ ਹੋਣ, ਪੰਜਾਬੀਆਂ ਨੂੰ ਇਸ ਵੰਡ ਨੇ ਬਹੁਤ ਰਵਾਇਆ। ਔਰ ਦੱਸਦੇ ਨੇ ਇੱਥੇ ਦੇ ਬਜ਼ੁਰਗ ਕਿ ਰਾਤ ਨੂੰ ਲੋਕ ਉੱਠ ਉੱਠ ਕੇ ਰੋਂਦੇ ਸੀ ਆਪਣੇ ਯਾਰਾਂ ਬੇਲੀਆਂ ਨੂੰ ਔਰ ਆਪਣੇ ਹਮਸਾਇਆਂ ਨੂੰ ਯਾਦ ਕਰ ਕਰਕੇ ਕਿ ਫਲਾਣਾ ਇੱਥੇ ਹੁੰਦਾ ਸੀ, ਫਲਾਣਾ ਇੱਥੇ ਹੁੰਦਾ ਸੀ, ਇਹ ਹੁੰਦਾ ਸੀ, ਉਹ ਹੁੰਦਾ ਸੀ। ਤੁਸੀਂ ਇਸ ਵੇਲੇ ਵਿਊਜ਼ ਦੇਖ ਰਹੇ ਹੋ, ਐਂਟਰੈਂਸ ਵਿਊ ਦੇਖ ਰਹੇ ਹੋ, ਜਿਹੜੇ ਵੈਸਟ ਵਾਲੀ ਸਾਈਡ ਤੋਂ ਦਾਖਲ ਹੋ ਕੇ ਈਸਟ ਵਾਲੀ ਸਾਈਡ 'ਤੇ ਜਾ ਰਿਹਾ ਵਾਂ ਪਿੰਡ ਬਦੋਕੇ। ਪਿੰਡ ਬਦੋਕੇ ਦੇ ਨਾਲ 11 ਪਿੰਡ ਹੋਰ ਸਿੱਖਾਂ ਦੇ ਮਸ਼ਹੂਰ ਨੇ ਇੱਥੇ ਔਰ ਇਹ ਜਿਹੜਾ ਪਿੰਡ ਸੀ ਇਹ ਉਸ ਵੇਲੇ ਮਰਕਜ਼ ਸੀ ਔਰ ਇੱਥੇ ਹੀ ਸਰਦਾਰ ਜਗੀਰ ਸਿੰਘ ਜੀ ਨੇ 47 ਦੇ ਵਿੱਚ ਤਮਾਮ ਸਿੱਖ ਸੰਗਤਾਂ ਨੂੰ ਇੱਥੇ ਇਕੱਠਾ ਕੀਤਾ ਔਰ ਮਿਲਟਰੀ ਦੇ ਅੰਡਰ ਔਰ ਇੱਥੇ ਦੇ ਜਿਹੜੇ ਲੋਕ ਸਨ ਉਹਨਾਂ ਦੇ ਨਾਲ ਹੱਥ ਫੜ ਕੇ ਬਾਰਡਰ ਪਾਰ ਕੀਤੇ। ਉਸ ਵੇਲੇ ਕੀ ਮਨਾਜ਼ਰ ਹੋਣਗੇ ਕੁਛ ਕੁਛ ਤਾਂ ਲੋਕਾਂ ਨੂੰ ਯਾਦ ਹੈ, ਲੇਕਿਨ ਕੁਛ ਕੁਛ ਸੁਣਾਉਣ ਲੱਗਿਆਂ ਉਹ ਕਹਿੰਦੇ ਨੇ ਕਿ ਬੜੀ ਪੇਨਫੁਲ ਸਟੋਰੀ ਹੈ, ਬੜੀ ਦਰਦਨਾਕ ਸਟੋਰੀ ਹੈ, ਇਸ ਵਾਸਤੇ ਕਹਿ ਨਹੀਂ ਸਕਦੇ, ਸੁਣਾ ਨਹੀਂ ਸਕਦੇ, ਰੂਹ ਕੰਬ ਜਾਂਦੀ ਹੈ, ਅੱਖਾਂ ਵਿੱਚ ਹੰਝੂ ਆ ਜਾਂਦੇ ਨੇ। ਫਿਰ ਤੁਸੀਂ ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਔਰ ਤੁਸੀਂ ਦੇਖ ਰਹੇ ਹੋ ਇੰਸੈਸਟਰਸ ਵਿਲੇਜ ਆਫ ਸਰਦਾਰ ਪ੍ਰੀਤ ਇੰਦਰ ਸਿੰਘ ਸਿੱਧੂ ਜੀ। ਸਿੱਧੂ ਫੈਮਿਲੀ ਦੇ ਇਹ ਸਪੂਤ ਨੇ ਜਿਨ੍ਹਾਂ ਨੂੰ ਆਪਣੀ ਹਿਸਟਰੀ ਦੇ ਨਾਲ ਬਹੁਤ ਪਿਆਰ ਹੈ, ਆਪਣੇ ਦਾਦੇ ਵਾਲੀ ਦੇ ਨਾਲ ਬਹੁਤ ਪਿਆਰ ਹੈ ਔਰ ਪਿਆਰ ਹੋਣਾ ਵੀ ਚਾਹੀਦਾ, ਮਾਣ ਹੋਣਾ ਵੀ ਚਾਹੀਦਾ ਜਿਨ੍ਹਾਂ ਦੀ ਇੰਨੀ ਵੱਡੀ ਜਗੀਰ ਹੋਵੇ ਔਰ ਇੰਨੀ ਵੱਡੀ ਜਗੀਰ ਹੋਣ ਦੇ ਬਾਵਜੂਦ ਨਿੱਕੇ ਨਿੱਕੇ ਅਤੇ ਛੋਟੇ ਛੋਟੇ ਜਿਹੜੇ ਆਪਣੇ ਤੋਂ ਲੋਕ ਗਰੀਬ ਸਨ, ਮਾੜੇ ਬੰਦੇ ਸਨ, ਉਹਨਾਂ ਦੇ ਸਿਰ 'ਤੇ ਹੱਥ ਰੱਖਣਾ ਔਰ ਉਹਨਾਂ ਦੇ ਨਾਲ ਪਿਆਰ ਕਰਨਾ ਔਰ ਕਿਸੇ ਨਾਲ ਜ਼ੁਲਮ ਜ਼ਿਆਦਤੀ ਨਾ ਹੋਣ ਦੇਣਾ, ਇਹ ਬਹੁਤ ਵੱਡੀ ਗੱਲ ਹੈ, ਇਹ ਨਸੀਹਤ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਦੇ ਜਿਹੜੇ ਸਰਪੰਚ ਬਣੇ ਫਿਰਦੇ ਨੇ, ਅੱਜ ਕੱਲ੍ਹ ਦੇ ਜਿਹੜੇ ਚੌਧਰੀ ਬਣੇ ਫਿਰਦੇ ਨੇ, ਉਹ ਇਹਨਾਂ ਗੱਲਾਂ ਨੂੰ ਸੁਣਨ ਕਿ ਜਿਹੜੇ ਲੋਕ 47 ਤੋਂ ਪਹਿਲੇ ਇੱਥੇ ਰਹਿ ਕੇ ਗਏ ਨੇ, ਖਵਾਹ ਉਹ ਕਿਸੇ ਵੀ ਮਜ਼ਹਬ ਦੇ ਨਾਲ ਤਲਕ ਰੱਖਦੇ ਸਨ, ਅਗਰ ਉਹ ਮੁਸਲਮਾਨ ਨਹੀਂ ਸਨ, ਲੇਕਿਨ ਉਹਨਾਂ ਦੇ ਵਿੱਚ ਇਨਸਾਨੀਅਤ ਕਿਸ ਤਰੀਕੇ ਨਾਲ ਕੁੱਟ ਕੁੱਟ ਕੇ ਭਰੀ ਹੋਈ ਸੀ ਕਿ ਲੋਕ ਅੱਜ ਤੱਕ ਉਹਨਾਂ ਨੂੰ ਚੰਗੇ ਅੱਖਰਾਂ ਨਾਲ ਯਾਦ ਕਰ ਰਹੇ ਨੇ। ਮਿਹਰਬਾਨੀ ਕਰਕੇ ਆਪਣੇ ਜਿਹੜੇ ਲੋਕ, ਤੁਸੀਂ ਅਗਰ ਪਿੰਡ ਦੇ ਸਰਪੰਚ ਹੋ, ਚੌਧਰੀ ਹੋ, ਜ਼ੈਲਦਾਰ ਹੋ ਜਾਂ ਜ਼ਮੀਨਦਾਰ ਹੋ, ਅਤੇ ਇਸੇ ਤਰ੍ਹਾਂ ਦਾ ਰਵੱਈਆ ਅਖਤਿਆਰ ਕਰੋ ਜਿਸ ਤਰ੍ਹਾਂ ਕਿ ਸਰਦਾਰ ਜਗੀਰ ਸਿੰਘ ਔਰ ਉਹਨਾਂ ਦੀ ਜਿਹੜੀ ਦਾਦੀ ਭੂਆ ਸਨ ਉਹਨਾਂ ਨੇ ਕੀਤਾ ਸੀ, ਕਿ ਜਿਹਨੂੰ ਲੋਕ ਅੱਜ ਵੀ ਯਾਦ ਕਰਦੇ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਕਚਹਿਰੀਆਂ ਲੱਗਦੀਆਂ ਸਨ ਔਰ ਕਿਸੇ ਮਾੜੇ ਬੰਦੇ ਨਾਲ ਜ਼ਿਆਦਤੀ ਨਹੀਂ ਸੀ ਹੁੰਦੀ। ਅੱਜ ਦਾ ਤੁਸੀਂ ਦੌਰ ਦੇਖ ਲਓ, ਈਸਟ ਔਰ ਵੈਸਟ ਪੰਜਾਬ ਦੇ ਅੰਦਰ ਦੋਵਾਂ ਪੰਜਾਬਾਂ 'ਚ ਅਗਰ ਤੁਸੀਂ ਦੇਖੋ, ਅਗਰ ਕਿਸੇ ਨਾਲ ਜ਼ਿਆਦਤੀ ਹੁੰਦੀ ਹੈ ਤਾਂ ਮਾੜਾ ਬੰਦਾ ਹੀ ਹੁੰਦਾ, ਮਾੜੇ ਬੰਦੇ ਨਾਲ ਹੀ ਸਾਰੀਆਂ ਜ਼ਿਆਦਤੀਆਂ ਹੁੰਦੀਆਂ, ਤਗੜੇ ਨੂੰ ਤਾਂ ਕੋਈ ਹੱਥ ਹੀ ਨਹੀਂ ਪਾਉਂਦਾ। ਲੇਕਿਨ ਉਸ ਵੇਲੇ ਗੱਲ ਕੁਛ ਹੋਰ ਸੀ,
ਉਸ ਵੇਲੇ ਜਿਹੜਾ ਬੰਦਾ ਮਾੜੇ ਬੰਦੇ ਨੂੰ ਤੰਗ ਕਰਦਾ ਸੀ ਅਤੇ ਉਹਦੇ ਉੱਤੇ ਪਿੰਡ ਦਾ ਵੱਡਾ ਸਰਦਾਰ ਜਾਂ ਪਿੰਡ ਦਾ ਜਿਹੜਾ ਚੌਧਰੀ ਸੀ ਜਾਂ ਪਿੰਡ ਦਾ ਜਿਹੜਾ ਜ਼ੈਲਦਾਰ ਹੁੰਦਾ ਸੀ, ਜ਼ਮੀਨਦਾਰ ਹੁੰਦਾ ਸੀ, ਉਹਦੇ ਸਿਰ 'ਤੇ ਹੱਥ ਰੱਖਦਾ ਸੀ ਔਰ ਕਹਿੰਦਾ ਸੀ ਮੈਂ ਦੇਖਣਾ ਵਾਂ ਕਿ ਕੌਣ ਇਹਨੂੰ ਤੰਗ ਕਰਦਾ। ਵੰਡ ਨਾਲ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮੁੱਕ ਗਈਆਂ, ਉਹ ਗੱਲਾਂ ਸਾਰੀਆਂ ਖਤਮ ਹੋ ਗਈਆਂ, ਲੇਕਿਨ ਰਹਿ ਜਾਂਦੀਆਂ ਨੇ ਸਿਰਫ ਯਾਦਾਂ ਰਹਿ ਜਾਂਦੀਆਂ ਨੇ। ਮੈਂ ਕਰਾਵਾਂਗਾ ਤੁਹਾਡੀਆਂ ਯਾਦਾਂ ਤਾਜ਼ੀਆਂ, ਮੈਂ ਦਿਖਾਵਾਂਗਾ ਤੁਹਾਨੂੰ ਤੁਹਾਡਾ ਅੱਗੜ ਪਿੱਛੜ, ਅਗਰ ਤੁਸੀਂ ਮੇਰੇ ਨਾਲ ਰਾਬਤਾ ਕਰੋ ਤਾਂ ਤੁਸੀਂ ਫਿਰ ਦੇਖਦੇ ਰਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ। ਔਰ ਤੁਸੀਂ ਦੇਖ ਰਹੇ ਹੋ ਇਸ ਵੇਲੇ ਐਨਸੈਸਟਰਸ ਵਿਲੇਜ ਆਫ ਸਰਦਾਰ ਪ੍ਰੀਤ ਇੰਦਰ ਸਿੰਘ ਸਿੱਧੂ ਜੀ ਔਰ ਉਹਨਾਂ ਦੇ ਦਾਦਾ ਸਰਦਾਰ ਬੂਟਾ ਸਿੰਘ ਜੀ ਔਰ ਉਹਨਾਂ ਦੇ ਗ੍ਰੇਟ ਡੇਟ ਗ੍ਰੈਂਡਫਾਦਰ ਜਿਹੜੇ ਨੇ ਸਰਦਾਰ ਬੂਟਾ ਸਿੰਘ ਜੀ ਔਰ ਉਹਨਾਂ ਦੇ ਅੱਗੋਂ ਬੇਟੇ ਇਹਨਾਂ ਦੇ ਦਾਦਾ ਜੀ ਜਿਹੜੇ ਸਨ ਉਹ ਸਰਦਾਰ ਜਾਗੀਰ ਸਿੰਘ ਜੀ ਔਰ ਇਹਨਾਂ ਦੇ ਫਾਦਰ ਬਲਵਿੰਦਰ ਸਿੰਘ ਜੀ, ਇਹਨਾਂ ਦੀ ਭੂਆ ਇਕਬਾਲ ਕੌਰ ਜੀ ਔਰ ਇਹਨਾਂ ਦੇ ਤਾਇਆ ਜੀ ਚਰਨਜੀਤ ਸਿੰਘ ਜੀ। ਇਹ ਤਮਾਮ ਦੀਆਂ ਯਾਦਾਂ ਨੂੰ ਲੈ ਕੇ ਅੱਜ ਮੈਂ ਪਹੁੰਚਿਆ ਸੀ ਪਿੰਡ ਬਦੁਕੀ ਔਰ ਪਿੰਡ ਹੈ ਬਹੁਤ ਵੱਡਾ, ਖਤਮ ਹੋਣ ਦਾ ਹੁਣ ਨਾਮ ਹੀ ਨਹੀਂ ਲੈਂਦਾ। ਤਾਂ ਵੇਖਦੇ ਰਹੋ ਫਿਰ ਪੰਜਾਬੀ ਕਲਚਰ ਐਂਡ ਹੈਰੀਟੇਜ ਐਂਡ ਸੇਫ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ। ਪਿੰਡ 'ਚ ਹੋ ਰਿਹਾ ਕੋਈ ਇੱਕ ਵਿਆਹ।